ਵਾਤਾਵਰਣ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਐਸੋਚੈਮ ਅਤੇ ਡਿਟੋਲ ਸਿਟੀ ਸ਼ੀਲਡ ਵੱਲੋਂ ਸ਼੍ਰੀ ਰਣਜੀਤ ਕੁਮਾਰ ਦੀ ਅਗਵਾਈ ਹੇਠ ਪਿੰਡ ਜਲਾਲਪੁਰ ਪਟਿਆਲਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਹਵਾ ਪ੍ਰਦੂਸ਼ਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਸੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੈਂਬਰ ਜ਼ਿਲ੍ਹਾ ਪਰਿਸ਼ਦ ਘਨੌਰ ਸ਼੍ਰੀ ਗਗਨਦੀਪ ਸਿੰਘ ਜੋਲੀ, ਸਪੁੱਤਰ ਸ਼੍ਰੀ ਮਦਨ ਲਾਲ ਜਲਾਲਪੁਰ, MLA ਹਲਕਾ ਘਨੌਰ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਇਹਨਾਂ ਤੋਂ ਇਲਾਵਾ ਡਾਕਟਰ ਰਜਨੀਸ਼ ਗੁਪਤਾ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ, ਡਾਕਟਰ ਜਗਮੋਹਨ, ਡਿਪਾਰਟਮੈਂਟ ਸੋਸ਼ਲ ਵਰਕ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੈਡਮ ਆਂਚਲ ਸਿੰਗਲਾ, ਬੈਂਕ ਬ੍ਰਾਂਚ ਮੈਨੇਜਰ ਜਲਾਲਪੁਰ, ਡਾਕਟਰ ਅਨੀਸ਼ ਕੌਸ਼ਿਕ, AMO ਕੋਹਲੀ, ਸਰਪੰਚ ਸ਼੍ਰੀਮਤੀ ਭੁਪਿੰਦਰ ਕੌਰ ਜਲਾਲਪੁਰ, ਜਥੇਦਾਰ ਹਰਨਾਥ ਸਿੰਘ, ਮਿਡਲ ਸਕੂਲ ਇੰਚਾਰਜ ਸ਼੍ਰੀਮਤੀ ਬਬਲੀ ਜਿੰਦਲ, ਪ੍ਰਾਇਮਰੀ ਸਕੂਲ ਇੰਚਾਰਜ ਸਰਦਾਰ ਕੁਲਵੰਤ ਸਿੰਘ ਅਤੇ ਸਾਰੇ ਮੈਂਬਰ ਪੰਚਾਇਤ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਸ਼੍ਰੀ ਰਣਜੀਤ ਕੁਮਾਰ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਇੱਕ ਅਸਲ ਬੂਟਾ ਦੇ ਕੇ ਸਵਾਗਤ ਅਤੇ ਸਨਮਾਨ ਕੀਤਾ ਗਿਆ। ਸ਼੍ਰੀ ਗਗਨਦੀਪ ਜੋਲੀ ਨੇ ਵਾਤਾਵਰਣ ਸੁਰੱਖਿਆ ਸੰਬੰਧੀ ਚਾਨਣਾ ਪਾਉਂਦੇ ਹੋਏ ਆਖਿਆ ਕਿ ਹਵਾ ਸਾਡੇ ਲਈ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਆਉਂਦੀ ਹੈ, ਹਰ ਇੱਕ ਬੰਦਾ ਇੱਕ ਗੱਲ ਨੂੰ ਸਮਝਾ ਰਿਹਾ ਵੀ ਪਰਾਲੀ ਜਿਹੜੀ ਫੁੱਕਣੀ ਆ ਉਹ ਆਪਣੇ ਆਉਣ ਵਾਲੀਆਂ ਨਸਲਾਂ ਦਾ ਨਾਸ਼ ਹੈ, ਪਰ ਆਪਾਂ ਫਿਰ ਵੀ ਨਹੀਂ ਰੁਕਦੇ। ਆਪਾਂ ਅੱਜ ਵੀ ਇੱਕ ਚੀਜ਼ ਦੀ ਪੁਕਾਰ ਕਰਦੇ ਹਾਂ ਵੀ ਇਹ ਵੀ ਸਰਕਾਰ ਸਾਨੂੰ ਕੁਛ ਦੇਵੇ ਤਾਂ ਜਾ ਕੇ ਅਸੀਂ ਕੋਈ ਆਪਣਾ ਜਿਹੜਾ ਇਹਦਾ ਹੱਲ ਕਰਾਂਗੇ ਵੀ ਜ਼ਿਮੀਦਾਰ ਜਿਹੜਾ ਹੈਗਾ ਆਪਾਂ ਅੱਗੇ ਬਿਲਕੁਲ ਸਹੀ ਹੈ, ਜ਼ਿਮੀਦਾਰ ਅੱਗੇ ਘਾਟੇ 'ਚ ਜਾ ਰਿਹਾ, ਪਰ ਜੇ ਅੱਜ ਆਪਾਂ ਘਾਟੇ 'ਚ ਹੈ ਕੱਲ੍ਹ ਨੂੰ ਲੋਕ ਆਪਣੇ ਕੋਲ ਸਾਹ ਲੈਣ ਨੂੰ ਹਵਾ ਹੀ ਨਹੀਂ ਹੋਏਗੀ, ਕੱਲ੍ਹ ਨੂੰ ਆਪਾਂ ਫਸਲ ਕਿੱਥੋਂ ਲਾਵਾਂਗੇ? ਇਨਸਾਨ ਜੀਏਗਾ ਤਾਂ ਫਸਲ ਨੂੰ ਬਚਾਏਗਾ, ਕੀ ਜ਼ਰੂਰੀ ਹੈ? ਇਨਸਾਨ ਦੀ ਨਸਲ ਬਚਣੀ ਜ਼ਰੂਰੀ ਹੈ ਕਿ ਫਸਲ ਜ਼ਰੂਰੀ ਹੈ? ਪ੍ਰਿੰਸੀਪਲ ਸ਼੍ਰੀ ਰਜਨੀਸ਼ ਨੇ ਬੱਚਿਆਂ ਨਾਲ ਪ੍ਰਦੂਸ਼ਣ ਸੰਬੰਧਿਤ ਗੱਲਾਂ ਕਰਦਿਆਂ ਉਹਨਾਂ ਨੂੰ ਜਾਗਰੂਕ ਕੀਤਾ। ਡਾਕਟਰ ਅਨੀਸ਼ ਨੇ ਵਾਤਾਵਰਣ ਤੇ ਹਵਾ ਦੀ ਸੁਰੱਖਿਆ ਦੀ ਜਾਣਕਾਰੀ ਦਿੰਦੇ ਹਵਾ ਦਾ ਪ੍ਰਦੂਸ਼ਣ ਚੈੱਕ ਕਰਨ ਲਈ ਸਮੀਰ ਐਪ ਦੱਸੀ ਤੇ ਉਸ ਬਾਰੇ ਚਾਨਣਾ ਪਾਇਆ। ਇਸ ਸਮਾਗਮ ਵਿੱਚ ਬੱਚਿਆਂ ਦੁਆਰਾ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਪ੍ਰਦੂਸ਼ਣ ਦੀ ਰੋਕਥਾਮ ਤੇ ਉਸ ਨੂੰ ਗੰਦਲਾ ਕਰਨ ਦੇ ਕਾਰਜ ਨੂੰ ਚਾਨਣਾ ਪਾਉਂਦੇ ਤਮਾਸ਼ਾ ਥੀਏਟਰ ਗਰੁੱਪ ਵੱਲੋਂ ਨੁੱਕੜ ਨਾਟਕ ਪੇਸ਼ ਮੇਰਾ ਭਾਰਤ ਮਹਾਨ ਵੀ ਖੇਡਿਆ ਗਿਆ। ਇਸ ਪ੍ਰੋਗਰਾਮ ਦੌਰਾਨ ਬੱਚਿਆਂ ਦਾ ਪ੍ਰਦੂਸ਼ਣ ਨਾਲ ਸੰਬੰਧਿਤ ਡਰਾਇੰਗ ਮੁਕਾਬਲੇ, ਸਲੋਗਨ ਮੁਕਾਬਲੇ, ਕਵਿਤਾ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ ਗਏ।